ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਯੂਟਿਊਬ ਦੇ ਚੈਨਲ ਦੇ ਉੱਤੇ। ਅੱਜ ਤੁਹਾਡੇ ਲਈ ਮੈਂ ਕੁਝ ਪੋਜ਼ਿਟਿਵ ਨਿਊਜ਼ ਲੈ ਕੇ ਆਇਆ ਹਾਂ ਜੋ ਕਿ ਸਟੂਡੈਂਟਸ ਲਈ ਵੀ ਹੈ ਅਤੇ ਓਪਨ ਪਾਪਾ ਮਿੰਟ ਦੀਆਂ ਫਾਈਲਾਂ ਲਈ ਵੀ, ਜੋ ਇੱਕ ਗੁੱਡ ਨਿਊਜ਼ ਸਾਨੂੰ ਮਿਲੀ ਹੈਗੀ। ਗਰੁੱਪ ਦੇ ਵਿੱਚ ਕਾਫੀ ਟਾਈਮ ਤੋਂ ਡਿਸਕਸ਼ਨ ਚੱਲ ਰਹੀ ਸੀ ਕਿ ਰਿਜ਼ਲਟ ਨੇ ਉਹ ਰੁਕੇ ਹੋਏ ਨੇ, ਬਟ ਅੱਜ ਅਤੇ ਕੱਲ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਬਹੁਤ ਜ਼ਿਆਦਾ ਰਿਜ਼ਲਟ ਨੇ ਜੋ ਬੂਸਟ ਹੋਏ ਨੇਗੇ, ਇੱਕਦਮ ਨੇ ਜੋ ਫਾਈਲਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋਏ ਨੇਗੇ। ਮੈਂ ਤੁਹਾਨੂੰ ਇੱਕ ਰਿਜ਼ਲਟ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਗਾ ਜੋ ਮੈਨੂੰ ਅੱਜ ਰੀਸੈਂਟਲੀ ਆਪਾਂ ਨੂੰ ਇੱਕ ਰਿਜ਼ਲਟ ਜੋ ਸ਼ੇਅਰ ਕੀਤਾ ਸੀਗਾ, ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਅਤੇ ਜੋ ਸਟੂਡੈਂਟਸ ਨੇ ਉਹਨਾਂ ਦੇ ਰਿਜ਼ਲਟ ਨੇ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ, ਮੇ ਇਨਟੇਕ ਜਿਹਨਾਂ ਦਾ ਹੈਗਾ ਸੀ ਉਹਨਾਂ ਦੇ ਵੀ ਸ਼ੁਰੂ ਹੋ ਗਏ ਨੇ, ਆਪਾਂ ਵੀਡੀਓ ਵਿੱਚ ਸਾਰੀ ਗੱਲ ਕਰਨੀ ਹੈ ਵੀ ਕਦੋਂ ਤੱਕ ਨੇ ਜੋ ਰਿਜ਼ਲਟ ਆਪਾਂ ਨੂੰ ਡੈਫੀਨੇਟਲੀ ਪੂਰੀ ਤਰ੍ਹਾਂ ਨੇ ਜੋ ਮਿਲ ਜਾਣਗੇ, ਜੋ ਕਲੀਅਰ ਹੋ ਜਾਣਗੇ। ਅਤੇ ਜੇ ਕਿਸੇ ਦਾ ਵੀ ਰਿਜ਼ਲਟ ਆਉਂਦਾ ਪਲੀਜ਼ ਇੰਸਟਾਗ੍ਰਾਮ ਦੇ ਉੱਤੇ ਸ਼ੇਅਰ ਕਰਿਆ ਕਰੋ, ਵਟਸਐਪ ਗਰੁੱਪ ਹੈਗਾ ਉਸ ਦੇ ਵਿੱਚ ਵੀ ਸ਼ੇਅਰ ਕਰਿਆ ਕਰੋ, ਤਾਂ ਦੂਸਰਿਆਂ ਨੂੰ ਜੋ ਮੋਟੀਵੇਸ਼ਨ ਮਿਲਦੀ ਹੈਗੀ ਸਟੂਡੈਂਟਸ ਵੀ ਸ਼ੇਅਰ ਕਰਿਆ ਕਰੋ, ਅਤੇ ਜੋ ਓਪਨ ਪਾਪਾ ਮਿਟਦੇ ਨੇ ਉਹ ਵੀ ਸ਼ੇਅਰ ਕਰਿਆ ਕਰੋ ਪਲੀਜ਼, ਜਿਸ ਨਾਲ ਆਪਾਂ ਦੂਸਰਿਆਂ ਨੂੰ ਦੱਸ ਸਕੀਏ ਜੋ ਕਿਹੜੀਆਂ ਫਾਈਲਾਂ ਦੇ ਜੋ ਰਿਜ਼ਲਟ ਨੇ ਉਹ ਚੱਲ ਰਹੇ ਨੇਗੇ। ਅਤੇ ਹੁਣ ਆਪਾਂ ਇਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਟੂਡੈਂਟਸ ਦੀ ਜੋ ਕਿ ਘਬਰਾਏ ਹੋਏ ਸੀ ਕਿ ਸਾਡਾ ਸਰ ਮੇ ਇਨਟੇਕ ਹੈਗਾ, ਕਿ ਸਾਨੂੰ ਵੀਜ਼ਾ ਕਦੋਂ ਤੱਕ ਮਿਲ ਜੂਗਾ, ਉਹ ਕਲਾਸਾਂ ਨੇ ਜੋ ਔਨਲਾਈਨ ਲਾਉਣੀਆਂ ਪੈਣਗੀਆਂ ਕਿ ਸਾਡਾ ਔਫਲਾਈਨ ਹੀ ਲੱਗਣਗੀਆਂ। ਮੈਂ ਤੁਹਾਨੂੰ ਦੱਸ ਦੇਵਾਂ ਇੱਕ ਗੁੱਡ ਨਿਊਜ਼ ਹੈਗੀ, ਰੀਸੈਂਟਲੀ ਮੇਰੇ ਇੱਕ ਫਰੈਂਡ ਦਾ ਜੋ ਰਿਜ਼ਲਟ ਹੈਗਾ ਜਿਸਦਾ ਕਿ ਮੇ ਇਨਟੇਕ ਸੀਗਾ, ਅਤੇ ਉਹਦਾ ਰਿਜ਼ਲਟ ਹੈ ਜੋ ਉਹ ਮਿਲ ਚੁੱਕਿਆ ਹੈਗਾ, ਅਤੇ ਉਹਦੇ ਨਾਲ ਵੀ ਆਪਾਂ ਗੱਲ ਕਰਕੇ ਤੁਹਾਡੇ ਨਾਲ ਉਹਦਾ ਰਿਜ਼ਲਟ ਵੀ ਹੈ ਜੋ ਆਪਾਂ ਜਲਦੀ ਤੋਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਇੱਕ ਪੋਜ਼ਿਟਿਵ ਸਾਈਨ ਹੈਗਾ ਜੋ ਕਿ ਰਿਜ਼ਲਟ ਨੇ ਮੇ ਇਨਟੇਕ ਵਾਲਿਆਂ ਦੇ ਆਉਣੇ ਨੇ ਜੋ ਸ਼ੁਰੂ ਹੋ ਗਏ ਨੇ, ਥੋੜ੍ਹੇ ਫਾਸਟ ਹੋਣੇ ਨੇ ਜੋ ਸ਼ੁਰੂ ਹੋਏ ਨੇਗੇ। ਜਿਵੇਂ ਤੁਹਾਨੂੰ ਕਿਹਾ ਸੀਗਾ ਨਵੰਬਰ ਦਸੰਬਰ ਵਾਲਿਆਂ ਦੇ ਜੋ ਰਿਜ਼ਲਟ ਨੇ ਉਹ ਆਉਣੇ ਨੇ, ਉਹ ਸ਼ੁਰੂ ਹੋ ਗਏ ਨੇਗੇ, ਅਤੇ ਸਾਰਿਆਂ ਨੇ ਜੋ ਵੇਟ ਕਰ ਰਹੇ ਸੀਗੇ ਉਹਨਾਂ ਦਾ ਵੇਟ ਹੈ ਜੋ ਓਵਰ ਹੋਣ ਵਾਲਾ, ਬਟ ਥੋੜ੍ਹਾ ਕਿਊਵੈਕ ਦਾ ਜੋ ਰੌਲਾ ਹੈਗਾ ਉਹ ਹੁਣ ਵੀ ਚੱਲ ਰਿਹਾ ਹੈਗਾ। ਕਿਊਵੈਕ ਦੇ ਰਿਜ਼ਲਟ ਨੇ ਉਹ ਬਹੁਤ ਜ਼ਿਆਦਾ ਸਲੋ ਨੇ, ਮੈਂ ਪੋਲ ਰੱਖਿਆ ਸੀ ਉਹਦੇ ਵਿੱਚ ਵੀ ਸਿਰਫ 7% ਜੋ ਕਹਿ ਰਹੇ ਨੇ ਕਿ ਸਾਡਾ ਜੋ ਵੀਜ਼ਾ ਆਇਆ ਗਾ, ਬਾਕੀ ਦੂਸਰੇ 90% ਜੋ ਕਹਿ ਰਹੇ ਨੇ ਅਸੀਂ ਵੇਟ ਹੀ ਕਰ ਰਹੇ ਹਾਂਗੇ। ਮਾਰਚ ਅਪ੍ਰੈਲ ਦੇ ਵਿੱਚ ਜ਼ਰੂਰ ਨੇ ਬੈਕਲੋਗ ਕਲੀਅਰ ਕਰਨਗੇ, ਜਿਵੇਂ ਕਿ ਦੂਸਰੇ ਪ੍ਰੋਵਿੰਸਸ ਦੇ ਕਾਲਜਾਂ ਦੇ ਜੋ ਰਿਜ਼ਲਟ ਨੇ ਉਹ ਕਲੀਅਰ ਹੋਣੇ ਨੇ, ਸ਼ੁਰੂ ਹੋ ਗਏ ਨੇ। ਇਸ ਤੋਂ ਬਾਅਦ ਉਹਨਾਂ ਨੇ ਕਿਊਵੈਕ ਦੇ ਹੀ ਰਿਜ਼ਲਟ ਦੇਣੇ ਨੇ, ਕਿਊਵੈਕ ਦੇ ਐਵੇਂ ਨਹੀਂ ਹੈ ਕਿ ਰਿਜ਼ਲਟ ਆ ਹੀ ਨਹੀਂ ਰਹੇਗੇ, ਕਿਊਵੈਕ ਦੇ ਰਿਜ਼ਲਟ ਆ ਰਹੇ ਨੇ, ਬਟ ਜਿਨ੍ਹਾਂ ਦੀਆਂ ਬਹੁਤ ਟਾਈਮ ਦੀਆਂ ਫਾਈਲਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਰਿਜ਼ਲਟ ਉਹਨਾਂ ਨੂੰ ਮਿਲ ਰਹੇ ਨੇਗੇ। ਮੈਂ ਕਹੂੰਗਾ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ, ਚਲੋ ਹੁਣ ਜੋ ਫਾਈਲ ਲੱਗੀ ਹੋਈ ਹੈ ਇੰਨਾ ਟਾਈਮ ਵੇਟ ਕੀਤਾ, ਕਿਸੇ ਨੂੰ ਵੀ ਕੋਈ ਚੱਕਰ ਨਹੀਂ ਹੈਗਾ, ਹੁਣ ਆਉਣ ਟਾਈਮ ਦੇ ਵਿੱਚ ਆਪਾਂ ਨੂੰ ਜ਼ਰੂਰ ਮਿਲ ਜਾਣਗੇ। ਅਤੇ ਦੂਸਰੀ ਮੈਂ ਗੱਲ ਕਰਨੀ ਓਪਨ ਪਾਪਾ ਮਿੰਟ ਦੀ, ਅੱਜ ਅਤੇ ਕੱਲ੍ਹ ਦੇ ਵਿੱਚ ਕੁਛ ਰਿਜ਼ਲਟ ਨੇ ਜੋ ਉਹ ਦੇਖਣ ਨੂੰ ਮਿਲੇ ਨੇ, ਕੁਛ ਰਿਫਿਊਜ਼ਲਸ ਵੀ ਮਿਲੀਆਂ ਨੇ, ਕੁਛ ਜੋ ਪੋਜ਼ਿਟਿਵ PPR ਵੀ ਆਈਆਂ ਨੇਗੀਆਂ, ਅਤੇ ਇਹ ਇੱਕ ਗੁੱਡ ਸਾਈਨ ਹੈਗਾ ਜੋ ਮੈਂ ਤੁਹਾਨੂੰ ਕਹਿੰਦਾ ਹੁੰਦਾ ਵੀ ਜੋ ਫਾਈਲਾਂ ਦੇ ਰਿਵਿਊ ਨੇ ਉਹ ਸਟਾਰਟ ਹੋਣੇ ਨੇ, ਜੋ ਸ਼ੁਰੂ ਹੋ ਗਏ ਨੇਗੇ, ਅਤੇ ਇੱਕ ਗੁੱਡ ਸਾਈਨ ਸੀਗਾ ਜੋ ਰਿਵਿਊ ਨੇ ਸਟਾਰਟ ਹੋਣੇ, ਕਿਉਂਕਿ ਰਿਵਿਊ ਦਾ ਮਤਲਬ ਬਹੁਤ ਜਣੇ ਪੁੱਛਦੇ ਨੇ ਕਿ ਰਿਵਿਊ ਦਾ ਮਤਲਬ ਕੀ ਹੈਗਾ। ਰਿਵਿਊ ਦਾ ਮਤਲਬ ਤੁਹਾਨੂੰ ਮੈਂ ਦੱਸਦੇ, ਮੈਂ ਰਿਵਿਊ ਦਾ ਮਤਲਬ ਹੈ ਕਿ ਆਪਣੀ ਫਾਈਲ ਹੈ ਜੋ ਅੰਬੈਸੀ ਵੱਲੋਂ ਜੋ ਓਪਨ ਹੋ ਚੁੱਕੀ ਹੈਗੀ, ਅਤੇ ਹੁਣ ਆਪਾਂ ਨੂੰ ਬਹੁਤ ਜਲਦ ਕੋਈ ਨਾ ਕੋਈ ਜੋ ਰਿਸਪੋਂਸ ਆ ਆਪਣੀ ਫਾਈਲ ਦੇ ਉੱਤੇ ਉਹ ਮਿਲ ਜੂਗਾ। ਅਤੇ ਰਿਵਿਊ ਜੋ ਸਟਾਰਟ ਹੋਣੇ ਸ਼ੁਰੂ ਹੋ ਗਏ ਸੀ, ਅਤੇ ਰਿਵਿਊ ਦੇ ਸਟਾਰਟ ਹੋਣ ਦੇ ਨਾਲ ਹੀ ਜੋ ਅੱਜ ਰਿਜ਼ਲਟ ਵੀ ਕਾਫੀ ਦੇਖਣ ਨੂੰ ਮਿਲਣਗੇ, ਰਿਫਿਊਜ਼ਲਸ ਵੀ ਆਈਆਂ ਨੇਗੀਆਂ, ਬਟ ਰਿਜ਼ਲਟ ਵੀ ਬਹੁਤ ਜ਼ਿਆਦਾ ਜੋ ਹੈਗਾ ਉਹ ਪੋਜ਼ਿਟਿਵ ਰਿਜ਼ਲਟ ਹੀ ਆ ਰਹੇ ਨੇ, ਬਹੁਤ ਘੱਟ ਨੇ ਜੋ ਰਿਫਿਊਜ਼ਲਸ ਆ ਰਹੀਆਂ ਨੇਗੀਆਂ। ਅਤੇ ਮੈਂ ਤੁਹਾਨੂੰ ਦੱਸ ਦੇਵਾਂ, ਇੱਕ ਮੈਂ ਤੁਹਾਡੇ ਨਾਲ ਰਿਜ਼ਲਟ ਵੀ ਸ਼ੇਅਰ ਕਰਦਾ ਜੋ ਮੈਨੂੰ ਇੱਕ ਮੁੰਡੇ ਨੇ ਸ਼ੇਅਰ ਕੀਤਾ ਸੀਗਾ, ਅਤੇ ਤੁਸੀਂ ਇਹ ਰਿਜ਼ਲਟ ਦੇਖ ਸਕਦੇ ਹੋਗੇ। ਉਹਨੇ ਫਾਈਲ ਹੈ ਜੋ ਉਹ ਅਗਸਤ ਦੇ ਵਿੱਚ ਲਗਾਈ ਸੀਗੀ, 2 ਅਗਸਤ ਨੂੰ ਉਹਦੀ ਫਾਈਲ ਲੱਗੀ ਸੀ, ਅਤੇ ਮੈਡੀਕਲ ਉਹਨੇ ਜੁਲਾਈ ਦੇ ਵਿੱਚ ਅਪ ਫਰੰਟ ਲਾਇਆ ਸੀਗਾ, ਅਤੇ 16 ਜਨ ਨੂੰ ਹੈ ਜੋ ਉਹਦੀ ਨੇਪਾਲ ਦੇ ਵਿੱਚ ਬਾਇਓਮੈਟ੍ਰਿਕ ਹੋਈ ਸੀ, ਅਤੇ 1 ਮਾਰਚ ਨੂੰ ਹੈ ਜੋ ਉਹਦਾ ਰਿਜ਼ਲਟ ਹੈ ਜੋ ਮਿਲ ਗਿਆ ਗਾ। ਉਹਨਾਂ ਦੀ ਪੇਮੈਂਟ ਲਿੰਕ ਨਹੀਂ ਆਇਆ ਸੀ, ਉਹ ਮੈਨੂੰ ਉਹਦੇ ਬਾਰੇ ਪੁੱਛ ਰਹੇ ਸੀਗੇ, ਅਤੇ ਉਦੋਂ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਸਰ ਤੁਹਾਡਾ ਰਿਜ਼ਲਟ ਆ ਗਿਆ, ਤਾਂ ਉਹਨਾਂ ਨੇ ਮੈਨੂੰ ਇਹ ਟਾਈਮਲਾਈਨ ਸੀ ਜੋ ਆਪਣੀ ਸ਼ੇਅਰ ਕੀਤੀ ਸੀਗੀ, ਅਤੇ ਇਹ ਇੱਕ ਪੋਜ਼ਿਟਿਵ ਸਾਈਨ ਹੈਗਾ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੋ ਰਿਜ਼ਲਟ ਨੇ ਉਹ ਆ ਰਹੇ ਨੇਗੇ। ਕਾਫੀ ਜਣਿਆਂ ਦੇ ਕੁਐਸਚਨ ਆਉਂਦੇ ਨੇ ਸਰ ਸਾਡੀ ਫਾਈਲ ਇੰਨੀ ਤਰੀਕ ਨੂੰ ਲੱਗੀ ਹੈ, ਆਹ ਮੰਥ 'ਚ ਲੱਗੀ ਹੈ, ਵੀ ਸਾਡੇ ਰਿਜ਼ਲਟ ਨੇ ਉਹ ਕਦੋਂ ਆਉਣਗੇ। ਦੇਖੋ ਹੁਣ ਜੋ ਰਿਜ਼ਲਟ ਨੇ ਉਹ ਪਹਿਲਾਂ ਵਾਲੀਆਂ ਫਾਈਲਾਂ ਦੇ ਨੇ ਜੋ ਆਉਣੇ ਸ਼ੁਰੂ ਹੋ ਗਏ ਨੇਗੇ, ਜੁਲਾਈ ਦੀਆਂ ਫਾਈਲਾਂ ਦੇ ਵੀ ਜੋ ਰਿਜ਼ਲਟ ਆਏ ਨੇਗੇ, ਮਾਰਚ ਦੀਆਂ ਫਾਈਲਾਂ ਦੇ ਵੀ ਰਿਜ਼ਲਟ ਆ ਰਹੇ ਨੇਗੇ ਹੌਲੀ ਹੌਲੀ ਨੇ। ਜੋ ਅੱਗੇ ਕਰੰਟ ਜੋ ਫਾਈਲਾਂ ਲੱਗੀਆਂ ਹੋਈਆਂ ਨੇ ਦਸੰਬਰ ਜਨਵਰੀ ਫਰਵਰੀ ਦੀਆਂ ਜੋ ਫਾਈਲਾਂ ਨਿਊ ਲੱਗ ਰਹੀਆਂ ਨੇਗੀਆਂ, ਉਹਨਾਂ ਦੇ ਰਿਜ਼ਲਟ ਵੀ ਦੇਖਣ ਨੂੰ ਮਿਲ ਜਾਣਗੇ। ਅਤੇ ਇੱਕ ਰਿਜ਼ਲਟ ਦਾ ਕੁਛ ਐਵੇਂ ਦੇ ਰਿਜ਼ਲਟ ਵੀ ਦੇਖਣ ਨੂੰ ਮਿਲੇ ਨੇ ਜਿਨ੍ਹਾਂ ਦੇ ਜਨਵਰੀ ਦੀਆਂ ਫਾਈਲਾਂ ਲੱਗੀਆਂ ਸੀ, ਜਨਵਰੀ ਦੇ ਫਾਈਲਾਂ ਦੇ ਵੀ ਜੋ ਓਪਨ ਪਾਪਾਵਰ ਦੇ ਰਿਜ਼ਲਟ ਆ ਚੁੱਕੇ ਨੇ, 1-2 ਤਾਂ ਫਰਵਰੀ ਦੀ ਫਾਈਲਾਂ ਦੇ ਵੀ ਰਿਜ਼ਲਟ ਆ ਚੁੱਕੇ ਨੇ। ਹੁਣ ਕਿਸੇ ਨੂੰ ਵੀ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ, ਫਾਈਲਾਂ ਨੇ ਜੋ ਉਹਨਾਂ ਨੇ ਪਿੱਕ ਕਰਨੇ ਨੇ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਹੁਣ ਸਟੂਡੈਂਟਾਂ ਦਾ ਜੋ ਬੈਕਲੋਗ ਆ ਉਹ ਕਲੀਅਰ ਹੋ ਚੁੱਕਿਆ ਹੈਗਾ, ਲਗਭਗ ਹੋਣ ਹੀ ਵਾਲਾ ਹੈਗਾ। ਇਸ ਲਈ ਹੁਣ ਉਹ ਜੋ ਅੱਗੇ ਜਦੋਂ ਸਟੂਡੈਂਟ ਦਾ ਬੈਕਲੋਗ
ਡਰੋਪਆਊਟ ਫਾਈਲਾਂ ਦੇ ਹੀ ਜੋ ਰਿਜ਼ਲਟ ਨੇ ਉਹ ਦੇਣੇ ਨੇ, ਅਤੇ ਤੀਸਰਾ ਜੋ ਕੁਐਸਚਨ ਆ ਰਿਹਾ ਕਿ ਰਿਵਿਊ ਸਟਾਰਟ ਹੋਣ ਤੋਂ ਬਾਅਦ ਹੈ ਜੋ ਫਾਈਲ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈਗਾ, ਕਿ ਕਦੋਂ ਤੱਕ ਰਿਜ਼ਲਟ ਆ ਜਾਂਦਾ। ਦੇਖੋ ਇਹ ਆਪਣੇ 'ਤੇ ਡਿਪੈਂਡ ਨਹੀਂ ਹੈਗਾ, ਉਹਨਾਂ 'ਤੇ ਡਿਪੈਂਡ ਹੈਗਾ ਕਿ ਉਹ ਕਦੋਂ ਰਿਜ਼ਲਟ ਦਿੰਦੇ ਨੇ। ਕਈਆਂ ਨੂੰ ਮਹੀਨਾ ਮਹੀਨਾ ਲੱਗ ਗਿਆ, ਕਈਆਂ ਨੂੰ 20 ਦਿਨਾਂ 'ਚ ਵੀ ਰਿਜ਼ਲਟ ਆ ਚੁੱਕੇ ਨੇਗੇ, ਅਤੇ ਬਟ ਉਹ ਉਹਨਾਂ 'ਤੇ ਡਿਪੈਂਡ ਹੈਗਾ। ਬਸ ਤੁਸੀਂ ਇੰਨੀ ਦੁਆ ਕਰੋ ਵੀ ਸਾਨੂੰ ਰਿਜ਼ਲਟ ਆ ਉਹ ਪੋਜ਼ਿਟਿਵ ਮਿਲ ਜੇ, ਸਹੀ ਰਿਜ਼ਲਟ ਮਿਲ ਜੇ, ਕਿਉਂਕਿ ਇਹ ਇੱਕ ਗੁੱਡ ਸਾਈਨ ਹੈਗਾ ਕਿ ਜੋ ਫਾਈਲਸ ਨੇ ਉਹ ਓਪਨ ਹੋ ਰਹੀਆਂ ਨੇਗੀਆਂ। ਜਦੋਂ ਲੋਕਡਾਊਨ ਲੱਗਿਆ ਸੀਗਾ, ਤੁਸੀਂ ਉਹਨਾਂ ਨੂੰ ਵੀ ਸੋਚ ਸਕਦੇ ਹੋ ਕਿੰਨੀ ਮੁਸ਼ਕਲ ਆਈ ਹੋਣੀ ਜਦੋਂ ਉਹਨਾਂ ਦੀਆਂ ਫਾਈਲਾਂ ਨੇ ਜੋ ਉਹ ਸਟੱਕ ਹੋ ਗਈਆਂ ਸੀਗੀਆਂ। ਅਤੇ ਹੁਣ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਇੱਕ ਇਹ ਇੱਕ ਪੋਜ਼ਿਟਿਵ ਜੋ ਵੇ ਹੈ, ਪੋਜ਼ਿਟਿਵ ਜੋ ਗੱਲਾਂ ਨੇ ਹੁਣ ਚੱਲ ਰਹੀਆਂ ਨੇਗੀਆਂ, ਮਾਰਚ ਅਤੇ ਅਪ੍ਰੈਲ ਦਾ ਮੰਥ ਮੈਂ ਤੁਹਾਨੂੰ ਕਹਿ ਰਿਹਾਗਾ ਆਪਣੇ ਲਈ ਜ਼ਰੂਰ ਡੈਫੀਨੇਟਲੀ ਹੈ ਜੋ ਇੱਕ ਗੁੱਡ ਅਤੇ ਵਧੀਆ ਮੰਥ ਹੋਣ ਵਾਲਾ, ਇੱਕ ਪੋਜ਼ਿਟਿਵ ਮੰਥ ਹੋਣ ਵਾਲਾ ਗਾ, ਅਤੇ ਕਿਸੇ ਨੂੰ ਵੀ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ। ਜੇਕਰ ਕਿਸੇ ਦਾ ਕੋਈ ਕੁਐਸਚਨ ਹੁੰਦਾ ਤਾਂ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਪੁੱਛ ਸਕਦੇ ਹੋ ਜਾਂ ਆਪਣੀ ਵੀ ਤੋਂ ਫੇਸ਼ੀਅਲ ਦੇ ਉੱਤੇ, ਜਿੱਥੇ ਮੈਂ ਤੁਹਾਡਾ ਆਂਸਰ ਦੇ ਦੂੰਗਾ, ਅਤੇ ਮੈਂ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਵੀ ਦਿੰਦਾ, ਤੁਸੀਂ ਉੱਥੇ ਜਾ ਕੇ ਫੋਲੋ ਕਰ ਸਕਦੇ ਹੋ। ਅਤੇ ਅੱਜ ਦੀ ਵੀਡੀਓ ਸਿਰਫ ਇੰਨਾ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਤਾਂ ਮੈਂ ਤੁਹਾਡੇ ਲਈ ਐਵੇਂ ਦੀਆਂ ਹੋਰ ਵੀਡੀਓਸ ਲੈ ਕੇ ਆ ਸਕਾਂ। ਅੱਜ ਦੀ ਵੀਡੀਓ ਸਿਰਫ ਇੰਨਾ, ਥੈਂਕ ਯੂ।